ਦੌਂਦੀ ਗੁਰਾਂ ਦੇ ਲੜ ਜ਼ਿੰਦਗੀ ਜਿਉਣ ਦਾ ਆਨੰਦ ਆ ਗਿਆ ਮੈਂ ਲੱਗੀ ਦੌਂਦੀ ਗੁਰਾਂ ਦੇ ਲੜ ਕਿਵੇਂ ਹੁੰਦੀਆਂ ਨੇ ਪੂਣੀਆਂ ਸਵਾਸਾਂ ਦੀਆਂ ਕੱਤ ਕਿਵੇਂ ਹੁੰਦੀਆਂ ਨੇ ਪੂਣੀਆਂ ਸਵਾਸਾਂ ਦੀਆਂ ਕੱਤ ਕਿਵੇਂ ਹੁੰਦੀਆਂ ਨੇ ਪੂਣੀਆਂ ਸਵਾਸਾਂ ਦੀਆਂ ਕੱਤ ਕਿਵੇਂ ਹੁੰਦੀਆਂ ਨੇ ਪੂਣੀਆਂ ਸਵਾਸਾਂ ਦੀਆਂ ਤੱਕਲੇ ਤੇ ਪਾਉਣਾ ਮੈਨੂੰ ਤੰਦ ਆ ਗਿਆ ਮੈਂ ਲੱਗੀ ਜਦੋਂ ਦੀ ਗੁਰਾਂ ਦੇ ਲੜ ਮੇਰੇ ਮਨ ਦੇ ਹਨੇਰੇ ਵਿੱਚ ਨੂਰੋ ਨੂਰ ਹੋਇਆ ਮੇਰੇ ਮਨ ਦੇ ਹਨੇਰੇ ਵਿੱਚ ਨੂਰੋ ਨੂਰ ਹੋਇਆ ਮੇਰੇ ਮਨ ਦੇ ਹਨੇਰੇ ਵਿੱਚ ਨੂਰੋ ਨੂਰ ਹੋਇਆ ਮੇਰੇ ਮਨ ਦੇ ਹਨੇਰੇ ਵਿੱਚ ਲੱਗੇ ਮੈਨੂੰ ਈਦ ਵਾਲਾ ਚੰਦ ਆ ਗਿਆ ਮੈਂ ਲੱਗੀ ਜਦੋਂ ਦੀ ਗੁਰਾਂ ਦੇ ਲੜ ਜ਼ਿੰਦਗੀ ਜਿਉਣ ਦਾ ਆਨੰਦ ਆ ਗਿਆ ਮੈਂ ਮਰ ਕੇ ਜੀਉਣਾ ਤੇ ਜੀਉ ਕੇ ਕਿੱਦਾਂ ਮਰ ਹੁੰਦਾ ਮਰ ਕੇ ਜੀਉਣਾ ਤੇ ਜੀਉ ਕੇ ਕਿੱਦਾਂ ਮਰ ਹੁੰਦਾ ਮਰ ਕੇ ਜੀਉਣਾ ਤੇ ਜੀਉ ਕੇ ਕਿੱਦਾਂ ਮਰ ਹੁੰਦਾ ਮਰ ਕੇ ਜੀਉਣਾ ਤੇ ਜੀਉ ਕੇ ਕਿੱਦਾਂ ਮਰ ਹੁੰਦਾ ਮੈਨੂੰ ਕਟਵਾਉਣਾ ਬੰਦ ਬੰਦ ਆ ਗਿਆ ਮੈਂ ਲੱਗੀ ਜਦੋਂ ਦੀ ਗੁਰਾਂ ਦੇ ਲੜ ਲੰਬਾ ਚੌੜਾ ਚੱਕਰ 84 ਲੱਖ ਜੂਨਾ ਵਾਲਾ 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 ਮੈਨੂੰ ਇੱਥੋਂ ਛੁੱਟਣੇ ਦਾ ਢੰਗ ਆ ਗਿਆ ਮੈਂ ਲੱਗੀ ਜਦੋਂ ਦੀ ਗੁਰਾਂ ਦੇ ਲੜ ਜ਼ਿੰਦਗੀ ਜਿਉਣ ਦਾ ਆਨੰਦ ਆ ਗਿਆ ਮੈਂ ਲੱਗੀ ਜਦੋਂ ਦੀ ਗੁਰਾਂ ਦੇ ਲੜ ਮਹਿਮਾ ਉਹਦੀ ਲਿਖ ਲਿਖ ਗਾਵੇ ਸੁਖਾਰਾ ਹੋਣ ਵਾਲਾ ਮਹਿਮਾ ਉਹਦੀ ਲਿਖ ਲਿਖ ਗਾਵੇ ਸੁਖਾਰਾ ਹੋਣ ਵਾਲਾ ਮਹਿਮਾ ਉਹਦੀ ਲਿਖ